ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਹੁਣ ਆਪਣਾ ਨਵਾਂ ਟ੍ਰਿਪ ਸ਼ੁਰੂ ਹੋ ਚੁੱਕਾ ਹੈ ਤੇ ਆਪਾਂ ਫਿਲਹਾਲ ਜਲੰਧਰ ਤੋਂ ਆਪਾਂ ਕ੍ਰੋਸ ਕਰਕੇ ਲੁਧਿਆਣੇ ਸੀਗੇ ਬਹੁਤ ਜ਼ਿਆਦਾ ਟ੍ਰੈਫਿਕ ਜਾਮ ਸੀਗਾ ਕੋਈ ਆਈਡੀਆ ਨਹੀਂ ਸੀਗਾ ਕਿ ਆਪਾਂ ਕੋਈ ਵਲੋਗਿੰਗ ਜਾਂ ਇੱਦਾਂ ਦਾ ਕੁਛ ਸਿੰਪਲ ਇੱਕ ਟ੍ਰਿਪ ਸੀਗਾ ਕਿ ਆਪਾਂ ਇੱਦਾਂ ਦਿੱਲੀ ਜਾਣਾ ਸੀਗਾ ਇੱਕ ਵੈਡਿੰਗ ਅਟੈਂਡ ਕਰਨੀ ਸੀ ਵੈਡਿੰਗ ਅਟੈਂਡ ਕਰਕੇ ਆਪਾਂ ਵਾਪਸ ਜਲੰਧਰ ਨੂੰ ਆ ਜਾਣਾ ਸੀਗਾ ਬਟ ਸਾਡੇ ਨਾਲ ਇਸ ਟਾਈਮ ਕੌਣ ਕੌਣ ਹੈਗਾ ਆ ਪਿੱਛੇ ਤੁਸੀਂ ਦੇਖ ਸਕਦੇ ਦਿਨੇਸ਼ ਕੁਮਾਰ ਐਂਡ ਪ੍ਰਿੰਸ ਮਲਹੋਤਰਾ ਰਵਨੀਤ ਕੌਰ ਤੇ ਸਹਿਨੂਰ ਕੌਰ ਆਪਾਂ ਗੱਡੀ ਦੇ ਵਿੱਚ ਬੈਠੇ ਸੀਗੇ ਪਲਾਨ ਇਸ ਤਰ੍ਹਾਂ ਬਣਿਆ ਕਿ ਆਪਾਂ ਸੋਚਿਆ ਕਿ ਯਾਰ ਆਪਾਂ ਦਿੱਲੀ ਤਾਂ ਜਾ ਹੀ ਰਹੇ ਹਾਂ ਵਾਪਸ ਆਉਂਦੇ ਹੋਏ ਆਪਾਂ ਚੰਡੀਗੜ੍ਹ ਹੋ ਕੇ ਜਾਣਾ ਜਿੱਥੇ ਚੰਡੀਗੜ੍ਹ ਜਾਣਾ ਉੱਥੇ ਆਪਾਂ ਸ਼ਿਮਲੇ ਚੱਲ ਜਾਂਦੇ ਹੁਣ ਪਲਾਨ ਇਹ ਹੈ ਕਿ ਹੁਣ ਆਪਾਂ ਸ਼ਿਮਲੇ ਚੱਲਦੇ ਹਾਂ ਸੋ ਵਲੌਗ ਸਟਾਰਟਸ ਨਾਓ ਮੈਂ ਬਿਲਕੁਲ ਵੀ ਕੋਈ ਵੀ ਕੈਮਰਾ ਕਿਸੇ ਤਰ੍ਹਾਂ ਦਾ ਕੋਈ ਕੈਮਰਾ ਲੈ ਆਇਆ ਮੈਂ ਇਹ ਜਿਹੜਾ ਵੀ ਤੁਸੀਂ ਵਲੌਗ ਜਿੰਨਾ ਵੀ ਤੁਸੀਂ ਦੇਖੋਗੇ ਇਹ ਸਾਰਾ ਵਲੌਗ ਟੋਟਲੀ ਆਈਫੋਨ 11 ਦੇ ਵਿੱਚ ਸ਼ੂਟ ਹੋਇਆ ਆ ਤੇ ਆ ਦੇਖੋ ਹੁਣ ਰੋਡ ਚਾਚੇ ਹੋਣੀ ਲੱਗੇ ਸਹਿਨੂਰ ਨੂੰ ਦੁੱਧ ਪਿਆਉਣ ਦੀ ਕੋਸ਼ਿਸ਼ ਜੋ ਜੀ ਆਪਾਂ ਪਹੁੰਚ ਚੁੱਕੇ ਹਾਂ ਹੁਣ ਦਿੱਲੀ ਅਤੇ ਦਿੱਲੀ ਦੇ ਵਿੱਚ ਆਪਾਂ ਪਹਿਲਾਂ ਕੰਮ ਇਹ ਕੀਤਾ ਕਿ ਆਪਾਂ NSP ਦੇ ਵਿੱਚ ਆਏ ਹਾਂ NSP ਦੇ ਵਿੱਚ ਹੁਣ ਜਿਹੜੀ ਸਹਿਨੂਰ ਆ ਸਹਿਨੂਰ ਚੜਾਉਣ ਲੱਗੀ ਆ ਕਾਰ ਇਫ ਯੂ ਕੈਨ ਸੀ ਬ੍ਰੇਕਰ ਜ਼ੋਰ ਸਮਝ ਮਾਰ ਲੋ ਜੀ ਪਹੁੰਚ ਚੁੱਕੇ ਹਾਂ ਆਪਾਂ ਡਿਨਰ ਕਰਨ ਲਈ ਪਿੰਡ ਬਲੂਚੀ ਇਨ NSP ਨਿਊ ਦਿੱਲੀ ਤੇ ਡਿਨਰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਅਤੇ ਆਪਾਂ ਇੱਥੇ ਘੱਟੋ ਘੱਟ 25 ਮਿੰਟ ਵੇਟ ਕੀਤੀ ਹੈ ਫਿਰ ਜਾ ਕੇ ਸਾਨੂੰ ਐਂਟਰੀ ਮਿਲੀ ਇੰਨੀ ਜ਼ਿਆਦਾ ਭੀੜ ਹੈ ਕਿਉਂਕਿ ਅੱਜ ਸੈਟਰਡੇ ਨਾਈਟ ਹੈ ਤਾਂ ਸੋ ਡਿਨਰ ਕਰ ਲੈਂਦੇ ਹਾਂ ਅਤੇ ਫਿਰ ਦੱਸ ਦਈਏ
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਆ ਤੇ ਅੱਜ ਸਾਡਾ ਹੈਗਾ ਡੇ 1 ਦਿੱਲੀ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਫਰੀਦਾਬਾਦ ਇੱਕ ਵਿਆਹ ਹੈਗਾ ਵਿਆਹ ਅਟੈਂਡ ਕਰਕੇ ਉਸ ਤੋਂ ਬਾਅਦ ਆਪਾਂ ਨਿਕਲ ਪੈਣਾ ਆ ਸਿੱਧਾ ਸ਼ਿਮਲੇ ਸੋ ਥੋੜੀ ਦੇਰ ਦਾ ਕੰਮ ਹੈਗਾ ਆ ਬਾਕੀ ਆਪਾਂ ਦੇਖਦੇ ਹਾਂ ਅੱਜ ਆਪਾਂ ਲੇਟ ਹੋ ਗਏ ਬਹੁਤ ਜ਼ਿਆਦਾ ਆਪਾਂ ਸੋਚਿਆ ਸੀਗਾ ਕਿ ਵੀ ਆਪਾਂ ਮਤਲਬ ਅਰਲੀ 11 ਕੁ ਵਜੇ ਅਸੀਂ ਪਹੁੰਚ ਜਾਵਾਂਗੇ ਫਰੀਦਾਬਾਦ ਬਟ ਇਸ ਟਾਈਮ ਹੋ ਰਿਹਾ 1:12 ਤੇ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਹੈ ਇਸ ਕਰਕੇ ਲੇਟ ਹੋਏ ਮੈਡਮ ਜੀ ਤੁਹਾਡੇ ਕਰਕੇ ਲੇਟ ਹੋਏ ਨਾ ਆਪਾਂ ਰਾਤੀ ਸ਼ਿਮਲੇ ਅਸੀਂ ਲੇਟ ਹੀ ਪਹੁੰਚਾਂਗੇ ਚਲੋ ਮਿਲਦੇ ਆਪਾਂ ਰੋਡ ਤੇ ਗੱਲ ਕਰਦੇ ਆ ਦੇਖਦੇ ਆ ਹਜੇ ਆਪਾਂ ਫਿੱਟ ਫਸੇ ਹੋਏ ਟ੍ਰੈਫਿਕ ਚ ਫਰੀਦਾਬਾਦ ਨੂੰ ਨਿਕਲ ਚੁੱਕੇ ਆ 1:30 ਪੋਲਿਊਸ਼ਨ ਬਹੁਤ ਜ਼ਿਆਦਾ ਫਾਈਨਲੀ ਪਹੁੰਚ ਗਏ ਆ ਆਪਾਂ ਫਰੀਦਾਬਾਦ ਤੇ ਸਹਿਨੂਰ ਨੇ ਕਰਤਾ ਆ ਸੁਸੂ ਤੇ ਡਾਇਪਰ ਹੋ ਰਿਹਾ ਚੇਂਜ ਤੇ ਇੱਥੇ ਡਿਸਕਸ਼ਨ ਅੱਜ ਕੱਲ੍ਹ ਅੱਜ ਤਕੜੀ ਚੱਲਦੀ ਪਈ ਹੈਗੀ ਸ਼ਰਟ ਬੜੀ ਡਾਰਕ ਲੈ ਲਈ ਆ ਯਾਰ ਥੋੜ੍ਹੀ ਲਾਈਟ ਲੈਣੀ ਚਾਹੀਦੀ ਸੀ ਸ਼ਰਟ ਔਰ ਦੁੱਧੂ ਤਿਆਰ ਹੋ ਰਿਹਾ ਸਹਿਨੂਰ ਦਾ ਇਸ ਟਾਈਮ ਮੇਨ ਅਟ੍ਰੈਕਸ਼ਨ ਤੇ ਸਹਿਨੂਰ ਬਣੀ ਹੋਈ ਆ ਕੋਈ ਦੁੱਧੂ ਤਿਆਰ ਕਰ ਰਿਹਾ ਕੋਈ ਡਾਇਪਰ ਚੇਂਜ ਕਰ ਰਿਹਾ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਇੱਧਰ ਦੇਖੋ ਅਗਰ ਤੁਸੀਂ ਕਹਿੰਦੇ ਕਿ ਮੈਂ ਕੀ ਕਰ ਰਿਹਾ ਤਾਂ ਆਹ ਦੇਖੋ ਜੁੱਤੀਆਂ ਫੜੀਆਂ ਉਹਦੀਆਂ ਪੋਟੀ ਕੀਤੀ ਚਲੋ ਜੀ ਲੰਬਾ ਹੋ ਗਿਆ ਕੰਮ ਉਹ ਸਾਰੇ ਜਣੇ ਬੈਠੇ ਆ ਇੱਥੇ ਆਪਾਂ ਵਿਆਹ ਦੇ ਵਿੱਚ ਖਾਣ ਪੀਣ ਦੀ ਤਿਆਰੀ ਬੈਠੇ ਕਹਿੰਦਾ ਆਪਾਂ ਖਾ ਪੀ ਕੇ ਵਿਹਲੇ ਹੋ ਕੇ ਬਹਿ ਗਏ ਆਪਾਂ ਸ਼ਗਨ ਫੜਾਉਣ ਨੂੰ ਬੈਠੇ ਹਾਂ ਬਟ ਸ਼ਗਨ ਫੜਨ ਵਾਲੇ ਨਹੀਂ ਆਉਂਦੇ ਪਏ ਆਪਾਂ ਕੀ ਕਰੀਏ ਹੁਣ ਸ਼ੈਨੂਰ ਬੈਠੇ ਹਾਂ ਜੀ ਬੈਠੇ ਹਾਂ ਸ਼ਗਨ ਫੜਾਉਣ ਨੂੰ ਬੈਠੇ ਹਾਂ ਬਹੁਤ ਟਾਈਮ ਲੱਗ ਰਿਹਾ ਆਪਾਂ ਬੈਠੇ ਹਾਂ ਕਿ ਆਪਾਂ ਮਤਲਬ ਇੱਥੋਂ ਦੀ ਆਪਾਂ ਸ਼ਗਨ ਫੜਾਉਣਾ ਆ ਅਤੇ ਆਪਾਂ ਬਸ ਜਾਣ ਦੀ ਕਰਨੀ ਆ ਆਪਾਂ ਇੱਥੋਂ ਦੀ ਸਿੱਧਾ ਸ਼ਿਮਲਾ ਨਿਕਲਣਾ ਸ਼ਿਮਲਾ ਇਜ਼ ਅਰਾਊਂਡ 420-430 ਕਿਲੋਮੀਟਰ ਦੇ ਆਸ ਪਾਸ ਆ ਇੱਥੋਂ ਦੀ ਸਿੱਧਾ ਸ਼ਿਮਲੇ ਨੂੰ ਜਾਣਾ ਆਪਾਂ ਆਪਾਂ ਬੰਦੇ ਜਿਹੜੇ ਸੀਗੇ 3-4 ਕੁੜੀਆਂ ਆਈਆਂ ਸਹਿਨੂਰ ਦੀਆਂ ਫੈਨਸ ਸਹਿਨੂਰ ਨੂੰ ਮਿਲ ਕੇ ਗਈਆਂ ਉਹਨਾਂ ਨੇ ਸਿੱਧਾ ਅੱਗੇ ਪੁੱਛਿਆ ਇਹ ਸਹਿਨੂਰ ਹੈ ਨਾ ਮੈਂ ਕਿਹਾ ਹਾਂ ਸਹਿਨੂਰ ਲੱਗਦਾ ਫਾਈਨਲੀ ਉਹ ਆ ਗਏ ਆ ਜਿਹਨਾਂ ਨੂੰ ਆਪਾਂ ਸ਼ਗਨ ਫੜਾਉਣਾ ਹੈ ਅਤੇ ਆਇਓ ਚਲੀਏ ਫਿਰ ਸੋ ਫਾਈਨਲੀ ਆਪਾਂ ਹੁਣ ਵਿਆਹ ਤੋਂ ਹੋ ਗਏ ਆ ਵਿਹਲੇ ਤੇ ਆਪਾਂ ਸ਼ਗਨ ਸ਼ੁਗਨ ਫੜਾਤਾ ਆ ਦਿਨੇਸ਼ ਨੇ ਫਾਈਨਲੀ ਅੰਕਲ ਨੂੰ ਲੱਭ ਹੀ ਲਿਆ ਮਿਲ ਗਏ ਸਾਨੂੰ ਸਵੇਰ ਦੇ ਅੰਕਲ ਨਹੀਂ ਲੱਭਦੇ ਪਏ ਸੀਗੇ ਬੜੀ ਮੁਸ਼ਕਿਲ ਮੈਡਮ ਜੀ ਬਹੁਤ ਖੱਜਲ ਹੋਈ ਪਈ ਸੀ ਅੱਜ ਕਹਿੰਦੀ ਅੰਕਲ ਨਹੀਂ ਲੱਭਦੇ ਅੰਕਲ ਨਹੀਂ ਲੱਭਦੇ ਆਪਾਂ ਫਾਈਨਲੀ ਅੰਕਲ ਨੂੰ ਲੱਭ ਲਿਆ ਤੇ ਅੰਕਲ ਲੱਭ ਕੇ ਹੁਣ ਆਪਾਂ ਚੱਲੇ ਹਾਂ ਗੱਡੀ 'ਚ ਬਹਿਣ ਅਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਹੁਣ ਬਾਹਰ ਅਤੇ ਮਤਲਬ ਬਾਹਰ ਆਪਣੇ ਜਿੱਥੇ ਆਪਾਂ ਰਹਿੰਦੇ ਪਏ ਹਾਂ ਦਿਨੇਸ਼ ਦੇ ਘਰ ਆਪਾਂ ਜਾਵਾਂਗੇ ਦਿਨੇਸ਼ ਦੇ ਘਰ ਤੋਂ ਵਾਪਸ ਆ ਕੇ ਫਿਰ ਆਪਾਂ ਅੱਗੇ ਜਾਣਾ ਮਤਲਬ ਸਮਾਨ ਸਮੂਨ ਚੱਕ ਕੇ ਗੱਡੀ 'ਚ ਰੱਖ ਕੇ ਉਸ ਤੋਂ ਬਾਅਦ ਆਪਾਂ ਸਿੱਧਾ ਆਫ ਟੂ ਸ਼ਿਮਲਾ ਸੋ ਆਪਾਂ ਸ਼ਿਮਲਾ ਲਈ ਹੁਣ ਨਿਕਲ ਚੁੱਕੇ ਹਾਂ ਅਤੇ ਮੈਂ ਅਤੇ ਰਵਨੀਤ ਪਿੱਛੇ ਬੈਠੇ ਹੋਏ ਸਹਿਨੂਰ ਪ੍ਰਿੰਸ ਐਂਡ ਦਿਨੇਸ਼ ਅੱਗੇ ਦਿਨੇਸ਼ ਕਹਿ ਰਿਹਾ ਮੈਂ ਗੱਡੀ ਚਲਾਉਣਾ ਤੂੰ ਆਰਾਮ ਨਾਲ ਬੈਠ ਆਪਾਂ ਸੋਚਿਆ ਕਿ ਆਪਾਂ ਦੋਵੇਂ ਜਣੇ ਪਿੱਛੇ ਬਹਿ ਕੇ ਨੇਰੇ ਲੈਂਦੇ ਥੋੜ੍ਹੇ ਜਿਹੇ ਬਸ ਹੁਣ ਚੱਲੇ ਆਪਾਂ ਸ਼ਿਮਲੇ ਵੱਲ ਨੂੰ ਆਫ ਟੂ ਦਾ ਰੋਡ ਅਰੇ ਰੱਬਾ ਬਹੁਤ ਜ਼ਿਆਦਾ ਥੱਕੇ ਹੋਏ ਬਹੁਤ ਜ਼ਿਆਦਾ ਥੱਕੇ ਹੋਏ ਸਾਨੂੰ ਫਰੀਦਾਬਾਦ ਤੋਂ ਵਾਪਸ ਘਰ ਆਉਂਦੇ ਆਉਂਦੇ 1.5 ਘੰਟਾ ਲੱਗ ਗਿਆ ਬੁਰੀ ਹਾਲਤ ਹੈ ਬੁਰੀ ਹਾਲਤ ਹੈ ਮੱਛਰ ਮਾਰ ਦਵਾਈਆਂ ਚੱਲ ਰਹੀਆਂ ਅੱਗੇ ਧੂੰਆਂ ਕੀਤਾ ਵਾ ਧੂੰਆਂ ਪੋਲਿਊਸ਼ਨ ਅੱਗੇ ਬਹੁਤ ਜ਼ਿਆਦਾ ਪਰ ਹੁਣ ਆਪਾਂ ਸਮਾਨ ਚੱਕ ਕੇ ਸਹਿਨੂਰ ਵਾਸਤੇ ਆਪਾਂ ਥੋੜ੍ਹਾ ਜਿਹਾ ਉਹ ਲੈਣਾ ਕਿ ਆਪਣਾ ਥੋੜ੍ਹਾ ਟੋਪੀ ਟਾਪੀ ਦਾ ਸਮਾਨ ਲੈਣਾ ਉਸ ਤੋਂ ਬਾਅਦ ਆਪਾਂ ਬਸ ਬੈਗ ਰੱਖ ਕੇ ਦਿੱਲੀ ਮਾਰਕੀਟ ਚ ਪਹੁੰਚ ਚੁੱਕੇ ਆਪਾਂ ਇਸ ਟਾਈਮ ਇੱਕ ਰੈਂਡਮ
ਇਸ ਵੇਲੇ ਮੇਰਾ ਨਾਂ ਹੈਗਾ ਦਿਨੇਸ਼। ਆਪਾਂ ਬੇਸਿਕਲੀ ਕੁਛ ਭੁੱਲ ਗਏ ਸੀਗੇ ਤੇ ਉਹ ਲੈਣ ਲਈ ਵਾਪਸ ਆਇਆ, ਆਉਣਾ ਪਿਆ ਸਾਨੂੰ ਘਰ ਇੱਥੇ, ਤੇ ਆਪਾਂ ਗੱਡੀ ਬੜੀ ਦੂਰ ਖੜੀ ਕੀਤੀ ਹੈ ਤੇ ਗੱਡੀ ਲੈ ਕੇ ਆ ਨਹੀਂ ਸਕਦੇ ਸੀ ਕਿਉਂਕਿ ਬਾਜ਼ਾਰ ਬਹੁਤ ਜ਼ਿਆਦਾ ਲੱਗਾ ਹੋਇਆ ਸੀ, ਅਤੇ ਹੁਣ ਤਾਂ ਆਏ। ਪੰਗਾ ਇਹ ਆ ਕਿ ਗੱਡੀ ਬੜੀ ਦੂਰ ਹੈ, ਆਪਾਂ ਜਿਹੜਾ ਟਾਰਗੇਟ ਲਾ ਕੇ ਚੱਲੇ ਹੋਏ ਸੀਗੇ ਕਿ ਆਪਾਂ ਅਰਾਊਂਡ 6 ਵਜੇ ਨਿਕਲ ਜਾਵਾਂਗੇ, ਸਾਡੇ ਕੋਲ 6 ਵਜੇ ਦੇ ਅਰਾਊਂਡ ਨਿਕਲ ਨਹੀਂ ਹੋਇਆ, ਇਸ ਲਈ ਆਪਾਂ ਹੁਣ ਨਿਕਲ ਲੱਗੇ ਹਾਂ। ਮਤਲਬ ਇਸ ਵੇਲੇ ਟਾਈਮ ਹੋ ਚੱਲਾ 7:30, ਆਪਾਂ ਹੁਣ ਨਿਕਲਣ ਲੱਗੇ ਹਾਂ ਆਪਾਂ ਸ਼ਿਮਲਾ ਵਾਸਤੇ। ਕਦੀ ਜ਼ਿੰਦਗੀ 'ਚ ਇੱਦਾਂ ਹੋਇਆ ਕਿ ਤੁਸੀਂ ਦਿੱਲੀ ਆਏ ਹੋ ਤੇ ਤੁਹਾਨੂੰ ਕਦੀ ਵੀ ਟ੍ਰੈਫਿਕ ਜਾਮ ਨਾ ਮਿਲਿਆ ਹੋਵੇ? ਇੱਕ ਬੰਦਾ ਇੱਕ ਗੱਡੀ, ਇੱਕ ਬੰਦਾ ਇੱਕ ਗੱਡੀ, ਇੱਕ ਬੰਦਾ ਇੱਕ ਗੱਡੀ, ਇੱਕ ਇੱਕ ਬੰਦਾ ਇੱਕ ਗੱਡੀ ਹੈ। ਕਾਰ ਪੂਲ ਯੂਜ਼ ਕਰੋ, ਕਾਰ ਪੂਲ, ਮੈਟਰੋ ਯੂਜ਼ ਕਰੋ, ਹਨਾ। ਲੁੱਟ ਕਿਤੇ ਜਾਵੀ ਨਾ, ਅਸੀਂ ਪਹੁੰਚ ਚੱਲੇ ਆ ਕੁਰੂਕਸ਼ੇਤਰ, ਹੁਣ ਅੱਗੇ ਜਾਣਾ ਆ ਅੰਬਾਲੇ, ਫਿਰ ਉੱਥੋਂ ਜਾ ਕੇ ਅਸੀਂ ਫਿਰ ਚੰਡੀਗੜ੍ਹ ਤੋਂ ਮੁੜਨਾ ਹੈ, ਫਿਰ ਸਿੱਧਾ ਹੀ ਜਾਣਾ ਸਿੱਧਾ ਸ਼ਿਮਲਾ। ਆਪਾਂ ਜਾਣਾ ਸ਼ਿਮਲੇ, ਗੱਡੀ ਕਰਾਏ ਦੇ ਜਾਓ, ਗੱਡੀ ਘੁਮਾਈ ਜਾਂਦੇ ਗੱਲਾਂ। ਪਹਿਲੇ ਹਮ ਅਭੀ ਰੁਕਨੇ ਵਾਲੇ ਹੈ, ਸਭ ਦੇ ਇੰਟਰਸਟ ਨਹੀਂ ਹੈ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰ ਦੋ ਸ਼ੈਨੂ, ਸ਼ੈਨੂ ਪੁੱਤ ਸਤਿ ਸ਼੍ਰੀ ਅਕਾਲ ਕਰ ਦੋ, ਸਤਿ ਸ਼੍ਰੀ ਅਕਾਲ। ਚਲੋ ਸਿੱਖ ਗਈ ਆ, ਹੋਰ ਕੀ ਚਾਹੀਦਾ। ਚਲੋ ਜੀ, ਸਹਿਨੂਰ ਪੁੱਤਰ ਨੇ ਅੱਜ ਪਹਿਲੀ ਵਾਰੀ ਬੋਲਣ ਤੇ ਸਤਿ ਸ਼੍ਰੀ ਅਕਾਲ ਕੀਤਾ, ਵੈਰੀ ਗੁੱਡ ਸਹਿਨੂਰ ਪੁੱਤਰ, ਵੈਰੀ ਗੁੱਡੂ। ਸੋ ਆਪਾਂ ਚੰਡੀਗੜ੍ਹ ਦੇ ਰਸਤੇ 'ਚ ਆਪਾਂ ਆਲਮੋਸਟ ਚੰਡੀਗੜ੍ਹ ਆਪਾਂ ਪਹੁੰਚ ਚੁੱਕੇ ਹਾਂ ਤੇ ਆਪਾਂ ਇੱਥੇ ਰੁਕੇ ਹਾਂ। ਹੁਣ ਆਹ ਜਗ੍ਹਾ ਆ ਬਹੁਤ ਸੋਹਣੀ ਕੋਈ ਜਗ੍ਹਾ ਹੈ, ਆਪਾਂ ਇੱਥੋਂ ਸੱਬੇ ਪੈਕ ਕਰਾਏ ਆ। ਇਹ ਹਾਲਾ ਦੇਖੋ ਅੰਦਰ ਦੀ, ਇਹ ਦਿਨੇਸ਼ ਸੁੱਤਾ ਪਿਆ ਸੀਗਾ, ਤਗੜੇ ਉਹ ਭਾਜੀ ਉੱਠ ਜਾਓ, ਸੱਬੇ ਆ ਗਏ ਆ, ਉਹ ਸੱਬੇ ਖਾਲਾ ਪਾ ਲਾ, ਅੱਗੇ ਕੁਛ ਨਹੀਂ ਮਿਲਣਾ। ਸਹਿਨੂਰ 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 ਬਹੁਤ ਜ਼ਿਆਦਾ ਪ੍ਰਚੰਡ ਹੋਈ ਪਈ ਹੈ, ਸਾਨੂੰ ਤੂੰ ਬਹੁਤ ਜ਼ਿਆਦਾ ਪਸੰਦ ਹੋਇਆ ਸੀ। ਸੋ ਇਸ ਟਾਈਮ ਆਪਾਂ ਬਸ ਇਹੀ ਕੁਛ ਚੱਲ ਰਿਹਾ ਅਤੇ ਇਸ ਟਾਈਮ ਕੋਈ 130-140 ਕਿਲੋਮੀਟਰ ਜਾਣਾ ਹੈ, 130-140 ਕਿਲੋਮੀ�ਟਰ ਦਾ। ਮੈਂ ਇਹਨੂੰ ਭੇਜਿਆ ਸੀਗਾ ਕਿ ਵੀ ਤੂੰ ਨੈਪਕਿਨ ਲੈ ਗਿਆ, ਆਪਾਂ ਨੈਪਕਿਨ ਭੁੱਲ ਗਏ ਸਭ। ਹੁਣ ਆਪਾਂ ਚੱਲੇ ਹੈਗੇ ਹਾਂ, ਮਤਲਬ ਰਸਤੇ ਦੇ ਵਿੱਚ ਇੱਦਾਂ ਆ ਮੌਸਮ ਕਿ ਸਮੋਗੀ ਇੱਥੇ ਵੀ ਹੈਗਾ ਆ, ਜੋ ਪੋਲਿਊਸ਼ਨ ਦਾ ਜਿਹੜਾ ਹਿਸਾਬ ਕਿਤਾਬ ਹੈਗਾ ਉਹ ਇੱਥੇ ਵੀ ਹੈਗਾ। ਤਾਂ ਕਰਿਆ ਕਿ ਸਹਿਨੂਰ ਨੂੰ ਥੋੜ੍ਹਾ ਜਿਹੜਾ ਇਸ਼ੂ ਹੈਗਾ ਉਹ ਹੋਣ ਲੱਗ ਪਿਆ ਹੈ, ਮੈਨੂੰ ਲੱਗਦਾ ਉਹਦੇ ਗਲੇ 'ਚ ਖਰਾਸ਼ ਹੋਣ ਲੱਗ ਪਈ ਹੈ। ਸੋ ਆਪਾਂ ਸ਼ਿਮਲੇ ਫਿਰ ਹੁਣ ਸ਼ਿਮਲੇ ਦੇ ਰੂਟ ਨੂੰ ਪੈਣ ਵਾਲੇ ਹਾਂ। ਇਸ ਟਾਈਮ ਟਾਈਮ ਹੋਇਆ ਆ ਅਰਾਊਂਡ 10:30 ਅਤੇ ਹੁਣ ਚੱਲਦੇ ਹੈਗੇ। ਆਪਾਂ ਪਹੁੰਚ ਗਏ ਚੰਡੀਗੜ੍ਹ ਅਤੇ ਹੁਣ ਚੰਡੀਗੜ੍ਹ ਦੇ ਵਿੱਚ ਬਸ ਇਹੀ ਚੱਲ ਰਿਹਾ ਸਾਡੀ ਗੱਡੀ ਦੇ ਵਿੱਚ। ਸਹਿਨੂਰ ਨੂੰ ਟਿਕਾਉਣ ਦਾ ਇੱਕੋ ਹੀ ਤਰੀਕਾ ਆ, ਮਨਿੰਦਰ ਬੁੱਟਰ ਦੇ ਗਾਣੇ ਲਾ ਦਿਓ ਜਾਂ ਜਸ ਮਾਣਕ ਦੇ ਗਾਣੇ ਲਾ ਦਿਓ ਅਤੇ ਸਹਿਨੂਰ ਨੂੰ ਪਿੱਛੇ ਬਿਠਾ ਦਿਓ। 11:42
ਤੇ ਆਪਾਂ ਪੈ ਚੁੱਕੇ ਆ ਫਾਈਨਲੀ ਸ਼ਿਮਲੇ ਦੇ ਰੂਟ ਤੇ ਜਿਹੜਾ ਐਕਚੁਅਲ ਰੂਟ ਹੈਗਾ ਜ਼ੀਰਕਪੁਰ ਤੋਂ ਆਪਾਂ ਰਾਈਟ ਲੈ ਲਿਆ ਆ ਤੇ ਆਪਾਂ ਹੁਣ ਐਕਚੁਅਲ ਰੋਡ ਤੇ ਆ ਚੁੱਕੇ ਸੋ ਮੇਰਾ ਦਿਲ ਕਰਦਾ ਪਿਆ ਕਿ ਮੈਂ ਅੱਖਾਂ ਬੰਦ ਕਰਾਂ ਤੇ ਬਾਜ ਬੋਲਾਂ ਰੋੜ ਜਾਣਾ ਮੇਰੀ ਅੰਮੀ ਏ ਰੋੜ ਜਾਣਾ ਰੋੜ ਜਾਣਾ ਮੇਰੀ ਅੰਮੀ ਏ ਰੋੜ ਜਾਣਾ ਆਪਾਂ ਪਹੁੰਚ ਚੱਲੇ ਆ ਸ਼ਿਮਲਾ ਆਲਮੋਸਟ ਸ਼ਿਮਲਾ ਰਹਿ ਗਿਆ ਹੈ ਆਪਣਾ ਕੋਈ 18 ਕਿਲੋਮੀਟਰ ਆਪਾਂ ਐਸੀ ਕਿ ਤੈਸੀ ਹੋਈ ਪਈ ਆ ਸਾਰਿਆਂ ਦੀ ਮੇਰੀ ਤਾਂ ਖਾਸ ਕਰਕੇ ਗੱਡੀ ਚਲਾ ਚਲਾ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਸ਼ਿਮਲੇ ਆਪਣੇ ਹੋਟਲ ਦੇ ਵਿੱਚ ਹੋਟਲ ਦਾ ਨਾਮ ਹੈ ਸੇਹਨੋਰ ਗ੍ਰੈਂਡ ਹੋਟਲ ਦਿਸ ਇਜ਼ ਦਾ ਰੂਮ ਇਜ਼ ਦਾ ਸ਼ੇਨੂ ਮੀਆ ਕਾਕਾ ਨਾਈਟ ਵਿਊ ਮੈਂ ਤੁਹਾਨੂੰ ਦਿਖਾਣਾ ਉੱਠ ਉੱਠ ਚੱਲੇਗਾ ਉਹ ਸੱਜ ਕੇ ਬਹਿ ਗਿਆ ਕਹਿੰਦਾ ਟੋਰ ਨਾ ਕਹਿੰਦਾ ਬੀਟਾ ਇਹ ਦੇਖੋ ਜੀ ਰੂਮ ਕਾ ਵਿਊ ਫਿਲਹਾਲ ਤਾਂ ਮੈਂ ਹੀ ਧਿਆਨ ਦੇਖੂੰਗਾ ਸ਼ਿਮਲਾ ਤੇ ਆ ਵੈਰੀ 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 ਗੁੱਡ ਮਾਰਨਿੰਗ ਫਰੋਮ ਸ਼ਿਮਲਾ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਬਾਹਰ ਦਾ ਵਿਊ ਧੁੱਪ ਧੁੱਪ ਲਾਈਕ ਬਹੁਤ ਜ਼ਿਆਦਾ ਤਿੱਖੀ ਧੁੱਪ ਬਹੁਤ ਜ਼ਿਆਦਾ ਤਿੱਖੀ ਧੁੱਪ ਆ ਤੇ ਏਡਾ ਚਿੱਟਾ ਕਿ ਧੁੱਪ 'ਚ ਨਜ਼ਰ ਨਹੀਂ ਆਇਆ ਬਹੁਤ ਜ਼ਿਆਦਾ ਧੁੱਪ ਤਿੱਖੀ ਹੈ ਤੇ ਗਰਮੀ ਵੀ ਲੱਗ ਰਹੀ ਹੈ ਰਾਤੀ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਤੇ ਇਸ ਵੇਲੇ ਵੀ ਗਰਮੀ ਰਾਤੀ ਮਤਲਬ ਟੈਂਪਰੇਚਰ ਲਾਈਕ ਚਲਾ ਗਿਆ ਸੀਗਾ 10 ਡਿਗਰੀ 10 ਡਿਗਰੀ ਰਾਤੀ ਪਹੁੰਚ ਗਿਆ ਟੈਂਪਰੇਚਰ ਬਟ ਇਸ ਟਾਈਮ ਟੈਂਪਰੇਚਰ ਜਿਹੜਾ ਹੈਗਾ ਆ ਹੁਣ ਨਾ ਮੇਰੇ ਗੱਲਾਂ 22-23 ਦੇ ਆਸ ਪਾਸ ਸੋਹਣਿਓ ਉੱਠ ਜਾਓ ਮੱਕੜੋ ਇੱਥੇ ਦੇਖੋ ਸਹੀ ਇਹੀ ਬ੍ਰੇਕਫਾਸਟ ਭਰਾਵਾ ਪਰ ਆਪਾਂ ਹੁਣ ਸਵੇਰੇ ਸਵੇਰੇ ਉੱਠੇ ਆ ਆਪਾਂ ਚਾਹ ਪੀ ਕੇ ਹੁਣ ਮਤਲਬ ਸੈਂਡਵਿਚ ਸੁੰਡਵਿਚ ਖਾ ਕੇ ਤਿਆਰ ਤਿਉਰ ਹੋ ਕੇ ਤੇ ਆਪਾਂ ਫਿਰ ਨਿਕਲਾਂਗੇ ਮਾਲ ਰੋਡ ਤੇ ਘੁੰਮ ਫਿਰ ਕੇ ਦੇਖਾਂਗੇ ਕੀ ਕਰ ਸਕਦੇ ਆਪਾਂ ਕਿੰਨੇ ਕੁ ਮਹਿੰਗੇ ਇਹ ਤਾਂ ਮੈਂ ਤੁਹਾਨੂੰ ਘਰ ਆਰਾਮ ਨਾਲ ਖਿਲਾ ਦੇਣੇ ਸੀ ਕਹਿਣੇ ਕਹਿਣਾ ਜਿੰਨੇ ਜਿੰਨੇ ਹੋਟਲ ਦੇਣੇ ਪੈਸੇ ਮੈਂ ਦੇ ਦਿਓ ਡਬਲ ਬੜੇ ਮਹਿੰਗੇ ਬੰਦੇ ਆ ਤੁਸੀਂ ਖੂਬਸੂਰਤੀ ਵੀ ਹੁਣ ਕੋਈ ਹੋਸ਼ ਨੀ ਹੈਗੇ ਅਲਟੀਮੇਟਲੀ ਇਹ ਸਾਡਾ ਰੂਮ ਹੈ ਮੈਡਮ ਜੀ ਹੋ ਗਏ ਹੋ ਤਿਆਰ ਸੋਹਣਿਓ
So finally lunch time and aap baithe sare munde sara late hi inne karaya sara kasoor hi eda nahi dusra e culprit dusra idhar culprit ek eh inne late karaya sanu chal puttu dekho utle ko mast apna kehnde sun le aayi hai main itthe camera dekhna zindagi de nazare lut rahi hai dekho sara Shimla halle off season aa te thalle rush dekho मैं तो हैरान हाँ कि जो तो सीजन होंगे होगा तो क्या हाल होंगे हाँ जी की विचार ते विचार ये है कि इस टाइम आप रोटी खाने बैठे आप ऑर्डर करता है तो लोकेशन बड़ी ज्यादा सोनी है रेस्टोरेंट बहुत ज्यादा सोना है भोलू ने सू सवेरे सवेरे ज्वाइन किया बड़े फोन किए मेरा फोन साइलेंट मैं भी चुकया एनू फोन किया मैं नहीं आ सकता जी मैं चाबी देती गड्डी ਇਹ ਬੱਸ ਸਟੈਂਡ ਤੋਂ ਲੈ ਕੇ ਹੋਟਲ ਤੱਕ ਤੁਰ ਕੇ ਆਇਆ ਸਿਰ ਤੜਕੇ ਸਿਰ ਸਾਰ ਕੀ ਤਰਸ ਕੌਸ ਬੰਦੇ ਤੇ ਉਦਾਸ ਜਿਹਾ ਮੂੰਹ ਬਣਾ ਪਿੱਛੇ ਸਾਉਣ ਲਾਵਾਂਗੇ ਤੂੰ ਮਾਰਾ ਆ ਦੇਖੋ ਆ ਭਾਬੀ ਦਾ ਚੇਲਾ ਆ ਪੈਰ ਤੋਂ ਤੋਂ ਪੀਤੇ ਐ दिनेश कुमार लगा सैनू सो फाइनली आप हम निकल चुके हैं होटल तो माल रोड जाने लिए तो आ देखो गुफ्तगु हो रही है हिसाब किताब लग रहे हैं आप दोवें जड़े देखिए कितने सोने लगते नाल खड़के तो देखिए कितने सोने लगते तो आप चल पे हैं हम तीन पुछोगे कि सहनूर कितने है सहनूर भी दिखा देने तुम सहनूर है दिनेश सहनूर मैं देख रहा ग्लव यार पा देने चाहिए उपर ग्लव ले लेने है ये हम आप चलें माल रोड ते माल रोड जाके देख रहे की माहौल सैनू हाँ जी की हो गया सह चढ़ गया अजे तक 300 मीटर ही चले आप पूरा पूरा दिन कितना घूमोंगे सोने हो मैं पहला सहनूर का बैग टंगा इसका सहनूर का बैग है पिंक कलर का मैं यार इतना औखा काम मैं तो जैपनीज स्कूल कर लगन तो फिर मैं इनू फड़ाता फिर एड्रैस भी तो रखे कि और देखो स्कूल स्कूल बैग टाइप पाया आ पाई बोतल होली चलो ए होली चला में जेडे बंदे ज्यादा नहीं चलते जो तो उन्होंने चलना पै जाता ना वो सीन में शैनूरे शैनूरे रेश भाजी कह रहे हैं सहनूर नू काला टिका ला देना है सारे जने देख दे मोटी अट्रैक्शन है तू तो शैनू तेरी शैनू 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 रे शैनू रे मुकु जी आए पुल कुमार आए प्रिंस दिनेश
ਓਏ ਸ਼ੈਨੂ ਲੋ ਜੀ ਪਹੁੰਚ ਗਏ ਆਪਾਂ ਮਾਲ ਰੋਡ ਲੋ ਜੀ ਬੈਗ ਪਾਉਣ ਦੀ ਵਾਰੀ ਹੁਣ ਮੇਰੀ ਆ ਗਈ ਆ ਰਵਨੀਤ ਦੀ ਪਿੱਠ ਤੋਂ ਲਾਪੀ ਇਸ ਲਈ ਹੁਣ ਮੈਂ ਬੈਗ ਦੀ ਉਪਾਧੀ ਲੈ ਲਈ ਤੇ ਆਪਾਂ ਫਾਈਨਲੀ ਪਹੁੰਚ ਚੁੱਕੇ ਹਾਂ ਇਸ ਟਾਈਮ ਮਾਲ ਰੋਡ 'ਚ ਮਾਲ ਰੋਡ 'ਚ ਇਸ ਟਾਈਮ ਭੀੜ ਬਹੁਤ ਜ਼ਿਆਦਾ ਤਾਂ ਨਹੀਂ ਆ ਪਰ ਬਹੁਤ ਜੈਨੂਨ ਜੀ ਭੀੜ ਆ ਬਹੁਤ ਜ਼ਿਆਦਾ ਆਪਾਂ ਸਹਿਨੂਰ ਵਾਸਤੇ ਇਸ ਟਾਈਮ ਗਲਵਸ ਲੱਭਦੇ ਪਏ ਹਾਂ ਸਹਿਨੂਰ ਦੇ ਨਾ ਹੱਥ ਜਿਹੜੇ ਬਹੁਤ ਜ਼ਿਆਦਾ ਠੰਡੇ ਹੁੰਦੇ ਪਏ ਆ ਸੋ ਆਪਾਂ ਇਸ ਟਾਈਮ ਲੱਭਦੇ ਪਏ ਕਿ ਵੀ ਸਹਿਨੂਰ ਨੂੰ ਗਲਵਸ ਦੇ ਦਈਏ ਕੀ ਕਹਿਣਾ ਚਾਹੁੰਦੇ ਮੈਡਮ ਜੀ ਸੇਮ ਕਾਪੀ ਪੇਸਟ ਸਹਿਨੂਰ ਲੋ ਜੀ ਸਹਿਨੂਰ ਆਪਾਂ ਗਲਵ ਲੈਤੇ ਇਹ ਇੱਦਾਂ ਰੱਖੀ ਆਪਾਂ ਮਾਰਕੀਟ 'ਚ ਆਏ ਇਸ ਟਾਈਮ ਬਹੁਤ ਸੋਹਣਾ ਸੋਹਣਾ ਸਟੱਫ ਹੈਗਾ ਆ ਬੁੱਗੂ ਤੁਹਾਨੂੰ ਕੀ ਲੱਗਦਾ ਇਸ ਜਗ੍ਹਾ ਨੂੰ ਮਾਲ ਰੋਡ ਕਿਉਂ ਕਿਹਾ ਜਾਂਦਾ ਭੋਲੂ ਦੇਖ ਇਹਦਾ ਜਵਾਬ ਭੋਲੂ ਇਸ ਇਸ ਰੋਡ ਨੂੰ ਮਾਲ ਰੋਡ ਕਿਉਂ ਕਿਹਾ ਜਾਂਦਾ ਜਿੱਡਾ ਜਿੱਡਾ ਟੇਡਾ ਤੂੰ ਆ ਨਾ ਜਲੇਬੀ ਵੀ ਸ਼ਰਮਾ ਜਾਵੇ ਯਾਰ ਐਵੇਂ ਮਿਸਤੀ ਹੋ ਜਾਂਦੇ ਹੋ ਮੈਂ ਕੁਦਰਤ ਦੀ ਖੂਬਸੂਰਤੀ ਨਹੀਂ ਦਰੇਸ਼ ਦੱਸੂਗਾ ਦਰੇਸ਼ ਇਸ ਰੋਡ ਨੂੰ ਮਾਲ ਰੋਡ ਕਿਉਂ ਕਹਿੰਦੇ ਆਪਾਂ ਨਾ 2 ਮਿੰਟ ਚ ਗੇੜਾ ਲਾਣੇ ਦੁਆਰਾ ਆਪੇ ਪਤਾ ਲੱਗ ਜੂ ਪਹਿਲਾਂ ਰੀਜ ਆਏ ਤਾਂ ਦਿਖਾਣੇ ਤਾਂ ਦਿਖਾਣੇ ਆਪਾਂ ਇਹਨੂੰ ਇਹਨੂੰ ਮਾਲ ਰੋਡ ਕਿਉਂ ਕਿਹਾ ਜਾਂਦਾ ਆ ਗਿਆ ਲੈ ਸਰਵਾਈਵ ਮਰਵਾਈ ਕਿ ਰੱਖਿੰਦੇ ਲੈ ਆ ਗਿਆ ਵੀਡੀਓ ਚ ਹੁਣੇ ਹੁਣੇ ਕੈਟਮ ਪੇਸ਼ ਹੋਈ ਬੁੱਕ ਦੱਸੋ ਕੀ ਆ ਪ੍ਰਿੰਸ ਹੁਣ ਕਹਿੰਦਾ ਮੈਂ ਚੱਕਾ ਸੈਨੂਰ ਨੂੰ ਕਿਉਂਕਿ ਸੈਨੂਰ ਵਾਲ ਸਾਰੇ ਦੇਖ ਰਿਹਾ ਤੇ ਆਬਵੀਅਸਲੀ ਦ੍ਰਿਸ਼ ਵਾਲ ਵੀ ਦੇਖ ਜਿੰਨੀਆਂ ਵੀ ਕੁੜੀਆਂ ਤੋਂ ਲੰਘਦੀਆਂ ਵੀ ਨਾ ਸਾਹਮਣੋਂ ਦੀ ਜਿੰਨੀਆਂ ਵੀ ਲੰਘਦੀਆਂ ਵੀ ਸਾਰੀਆਂ ਕਹਿੰਦੇ ਓ ਮਾਈ ਗੋਡ ਸੋ ਕਿਊਟ ਬੇਬੀ ਸੋ ਕਿਊਟ ਬੇਬੀ ਇਹਦਾ ਕਰਕੇ ਜਾਂਦੀਆਂ ਵੀ ਤੇ ਦਿਨੇਸ਼ ਚੱਕੀ ਵੀ ਤਾਂ ਦਿਨੇਸ਼ ਅਟਰੈਕਟਿਵ ਹੋ ਪਾਉਂਦਾ ਦਿਨੇਸ਼ ਵਾਲ ਅਟਰੈਕਸ਼ਨ ਹੋ ਰਹੀ ਆ ਹਨਾ ਤੇ ਇਹ ਅਟਰੈਕਸ਼ਨ ਜਿਹੜੀ ਆ ਉਹ ਪ੍ਰਿੰਸ ਕੋ ਜਰੀ ਜਰੀ ਨਹੀਂ ਜਰੀ ਕੋਈ ਜਰੀ ਨਹੀਂ ਜਰੀ ਮੈਂ ਤਾਂ ਤਾਂ ਗਿਆ ਮੈਂ ਤੇ ਜਿਹੜਾ ਵੱਡਾ ਭਰਾ ਸਾਡੇ ਸੜਦੇ 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 ਇਹ ਸੜਦੇ ਇਹ ਸੜਦੇ ਭਰਾਵਾ ਸੜਦੇ ਹੁਣ ਕੀ ਹੋਇਆ ਕਿ ਪ੍ਰਿੰਸ ਕਹਿੰਦਾ ਮੈਨੂੰ ਦੇ ਦਿਓ ਯਾਰ ਮੈਂ ਚੱਕ ਲੈਣਾ ਸਾਲਿਆ ਤੈਨੂੰ ਦੇ ਦਈਏ ਐਡਾ ਤੂੰ ਖਰਾ ਕਹਿੰਦਾ ਦਿਨੇ ਕਹਿੰਦਾ ਮੈਂ ਹੁਣ ਮੈਂ ਸਾਰੇ ਕਹਿੰਦਾ ਸਾਰੀ ਗਵਾਹੀ ਜਿਹੜੀ ਆ ਮੈਂ ਚਾੜੇ ਆ ਹੁਣ ਤੈਨੂੰ ਮੈਂ ਦੇ ਦਵਾਂ ਚਲੋ ਫਲ ਦਾ ਸਮੇਂ ਆਇਆ ਤਾਂ ਮਿਹਨਤ ਸਾਰੀ ਦਿਨੇਸ਼ ਦੀ ਲੱਗ ਗਈ ਸ਼ਿਮਲਾ ਮਾਲ ਰੋਡ ਇਹਨੂੰ ਕਹਿੰਦੇ ਦਰਜ ਸੋਹਣੇ ਸੋਹਣੇ ਮੁੰਡੇ ਸੋਹਣੇ ਸੋਹਣੇ ਕੁੜੀਆਂ ਸੋਹਣੇ ਸੋਹਣੇ ਜਨਾਨੀਆਂ ਸੋਹਣੇ ਸੋਹਣੇ ਬੀਬੀਆਂ ਅੰਕਲ ਸਾਰੇ ਸੋਹਣੇ ਸੋਹਣੇ ਪਿੱਛੇ ਦੇਖੋ ਸੋਹਣਾ ਜਿਹਾ ਝੰਡਾ ਯੇ ਝੰਡਾ ਉੱਚਾ ਰਹੇ ਮਾਰੇ ਦਰਜ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਦ ਰਿਜ ਸੋ ਆਪਾਂ ਰਿਜ ਤੇ ਪਹੁੰਚ ਚੁੱਕੇ ਆ ਰਿਜ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਇਹ ਰਿਹਾ ਰਿਜ ਇਹ ਰਿਜ ਬਣਾਉਣ ਚ ਭੋਲੂ ਦਾ ਸਭ ਤੋਂ ਵੱਡਾ ਯੋਗਦਾਨ ਹੈ ਚਰਚ ਸੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਰਿਜ ਕਦੋਂ ਬਣਿਆ ਸੀਗਾ ਮੈਨੂੰ ਹਜੇ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਉੱਥੇ ਬੋਰਡ ਲੱਗਾ ਮੈਂ ਉੱਥੇ ਪੜ੍ਹ ਕੇ ਤੁਹਾਨੂੰ ਦੱਸਣਾ ਹੋਵੇ ਕੀ ਇਹਦੇ ਬਾਰੇ ਸੋ ਆਪਾਂ ਰਿਜ 'ਚ ਪਹੁੰਚ ਗਏ ਹੁਣ ਇੱਥੇ ਆਪਾਂ ਫੜਾ ਬਣਾ ਕੇ ਜਾਵਾਂਗੇ ਅਤੇ ਆਪਾਂ ਦੇਖਦੇ ਹਾਂ ਬਾਕੀ ਦਾ ਜੋ ਵੀ ਇਨਫੋਰਮੇਸ਼ਨ ਹੈਗੀ ਆ ਆਪੇ ਉਹਦੇ ਉੱਪਰ ਇੱਕ ਫੋਟੋਸ਼ੂਟ ਵਗੈਰਾ ਸਾਰਾ ਕੁਛ ਕਰਕੇ ਰਿਜ 'ਤੇ ਹੁਣ ਆਪਾਂ ਚੱਲੇ ਹਾਂ ਕੋਈ ਰੈਸਟੋਰੈਂਟ ਵਗੈਰਾ ਲੱਭਣ ਸਹਿਨੂਰ ਨੂੰ ਭੁੱਖ ਲੱਗੀ ਸੀ ਆਪਾਂ ਓਪਨ ਦੇ ਵਿੱਚ ਪਹਿਲਾਂ ਦੁੱਧ ਪੈਣ ਲੱਗੇ ਸੀ ਉਹਨੂੰ ਪਰ ਉੱਥੇ ਬਾਂਦਰ ਵਗੈਰਾ ਆ ਗਏ ਸੀ ਅਤੇ ਬਾਂਦਰ ਵਗੈਰਾ ਆ ਗਏ ਤਾਂ ਘੂਰ ਘੂਰ ਕੇ ਦੇਖਦੇ ਪਏ ਸੀਗੇ ਸਹਿਨੂਰ ਅਤੇ ਰਵਨੀਤ ਵੱਲ ਸੋ ਆਪਾਂ ਹੁਣ ਲੱਭਦੇ ਪਏ ਹਾਂ ਕਿ ਵੀ ਚੱਲ ਆਪਾਂ ਕੋਈ ਰੈਸਟੋਰੈਂਟ ਵਗੈਰਾ ਦੇਖਦੇ ਹਾਂ ਉੱਥੇ ਬਹਿੰਦੇ ਹਾਂ ਅਤੇ ਬਹਿ ਕੇ ਪਏ ਉੱਥੇ ਸਹਿਨੂਰ ਨੂੰ ਦੁੱਧ ਪਿਆਵਾਂਗੇ ਅਤੇ ਮੇ ਵੀ ਆਪਾਂ ਸ਼ਾਇਦ ਹੁਣ ਚਾਕੂ ਟੈਂਪਲ ਕੀ ਨਾਮ ਹੈ ਜਾਕੂ ਟੈਂਪਲ ਜਾਕੂ ਟੈਂਪਲ ਜਾਵਾਂਗੇ ਲਓ ਜੀ ਮਿੱਤਰੋ ਚਾਕੂ ਟੈਂਪਲ ਵੱਲ ਜਾਂਦੇ ਪਏ ਸੀਗੇ ਪਰ ਆਪਾਂ ਪਹਿਲਾਂ ਸੋਚਿਆ ਕਿ ਵੀ ਸਹਿਨੂਰ ਵਾਸਤੇ ਸਮਾਨ ਲੈਣਾ ਆ ਪਹਿਲਾਂ ਦੁੱਧ ਪਿਆ ਦੀ ਆਪਾਂ ਸੋਚਿਆ ਉੱਪਰ ਰੈਸਟੋਰੈਂਟ ਵਗੈਰਾ ਹੋਏਗਾ ਪਰ ਹੈ ਨਹੀਂ ਸੀਗਾ ਸੋ ਆਪਾਂ ਦੁਬਾਰਾ ਵਾਪਸ ਰਿਜ ਵੱਲ ਨੂੰ ਆ ਗਏ
ਰਿਜ ਤੇ ਦੁਬਾਰਾ ਬਾਰ ਬਾਰ ਰਿਜ ਦੇ ਆਏ ਦੁੱਧ ਪੀ ਰਹੀ ਹੈ ਸਹਿਨੂਰ ਸਾਰੇ ਜਿਹੜੇ ਤੇ ਕੁਲਫੀਆਂ ਕਾਫੀਆਂ ਖਾ ਟੇ ਆ ਦਿਨੇ ਦੀ ਕੁਲਫੀ ਨਹੀਂ ਮੁੱਕੀ ਜਾਂਦੀ ਘੰਟਾ ਹੋ ਗਿਆ ਕੱਲ ਕੁਲਫੀਆਂ ਚੁੱਪਣ ਡਿਆ ਨਜ਼ਰ ਮਤ ਲਗਾ ਦੇ ਨਾ ਮੇਰੀ ਆਈਸਕ੍ਰੀਮ ਕੋ ਛੀਨ ਮਤ ਰਹਿਣਾ ਮੇਰੀ ਆਈਸਕ੍ਰੀਮ ਕਹੀਂ ਸੋ ਆਪਾਂ ਹੁਣ ਸਮਝ ਨਹੀਂ ਆ ਰਿਹਾ ਸਾਨੂੰ ਕੀ ਆਪਾਂ ਜਾਖੂ ਟੈਂਪਲ ਜਾਣ ਦੀ ਸੋਚੀ ਕਿਉਂਕਿ ਸਾਡੇ ਕੋਲ ਅੱਜ ਲਾਸਟ ਨਾਈਟ ਹੈਗੀ ਆ ਪਰ ਨਾਈਟ ਅੱਜ ਇੱਥੇ ਸਪੈਂਡ ਕਰਨੀ ਆ ਅਤੇ ਹੁਣ ਆਪਾਂ ਜਾਣਾ ਥੱਲੇ ਮਾਲ ਰੋਡ ਮੈਂ ਜੈਕਟ ਲੈਣੀ ਆ ਠੰਡ ਬਹੁਤ ਲੱਗ ਰਹੀ ਹੈ ਆਪਣਾ ਸਹਿਨੂਰ ਵਾਸਤੇ ਆਪਾਂ ਜੈਕਟ ਜਾਂ ਕੋਈ ਕੰਬਲ ਟਾਈਪ ਕੁਛ ਲੈਣਾ ਅਤੇ ਆਪਣਾ ਰਵਨੀਤ ਵਾਸਤੇ ਆਪਾਂ ਕੋਈ ਕੁਛ ਕੰਬਲ ਟਾਈਪ ਲੈਣਾ ਅਤੇ ਉਸ ਤੋਂ ਬਾਅਦ ਫਿਰ ਆਪਾਂ ਮੇਰਾ ਸ਼ੈਨੂ ਪੁੱਤੂ ਨੋਈ ਜਾਂਦਾ ਜੀ ਸ਼ੈਨੂ ਪੁੱਤੂ ਨੋਈ ਜਾਂਦਾ ਜੀ ਤੂੰ ਸ਼ੈਨੂ ਸ਼ੈਨੂ ਰੇ ਅੱਛਾ ਨਹੀਂ 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 ਸੋਰੀ 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 ਚੈਨੂ ਮੇਰਾ ਪੁੱਤ ਛੁੱ ਗਿਆ ਜੀ ਇਹਨੂੰ ਨਾ ਕੰਬਲ ਲੈ ਲਈਏ ਬੇਬੀ ਕੰਬਲ ਲਪੇਟ ਦਿੰਦੇ ਇਹਨੂੰ ਸੈਨੂਰ ਨੇ ਰੋ ਰੋ ਕੰਬਲੀ ਹੋਈ ਸੀ ਹੁਣੇ ਰੋ ਰੋ ਕੇ ਨਾਲ ਹੀ ਸੋ ਗਈ ਆਪਾਂ ਸੋਦੇ ਪਏ ਇਹਨੂੰ ਆਪਾਂ ਇਹਦੇ 'ਚ ਪਾਈਏ ਕਿ ਕਿਸ 'ਚ ਪਾਈਏ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਰਹਿਣ ਦੋ ਲਟਕੂਗੀ ਮੈਂ ਫੜ ਲੂੰਗਾ ਸਹਿਨੂਰ ਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਵੀ ਪਰ ਸਹਿਨੂਰ ਫਿਰ ਵੀ ਸੋ ਗਈ ਉਹ ਜਾਂਦੇ ਮੈਂ ਮਤਲਬ ਮਾਰਕੀਟ ਵੱਲ ਜਾਂਦੇ ਮੈਂ ਦੇਖ ਰਹੇ ਆ ਕਿਤੇ ਸਾਨੂੰ ਅਗਰ ਉਹ ਮਿਲ ਜਾਵੇ ਕਿਤੇ ਨੂੰ ਕੋਈ ਰੈਸਟੋਰੈਂਟ ਫਿਰ ਕੋਈ ਰੈਸਟੋਰੈਂਟ ਵਗੈਰਾ ਕੁਛ ਇੱਦਾਂ ਮਿਲ ਜਾਵੇ ਜਿੱਥੇ ਆਪਾਂ ਬਹਿ ਗਏ ਸਹਿਨੂਰ ਦੇ ਥੋੜ੍ਹੇ ਕੱਪੜੇ ਚੇਂਜ ਕਰ ਦਈਏ ਨਾਲੇ ਫਸਟ ਆਫ ਆਲ ਤਾਂ ਆਪਾਂ ਨਿਊ ਮਤਲਬ ਨਿਊ ਬੋਰਨ ਬੇਬੀ ਹੋਮ ਸਟੇਸ ਹੈਗਾ ਹਾਂ ਬਸ ਠੀਕ ਹੈ ਉੱਥੋਂ ਦੀ ਆਪਾਂ ਫਿਰ ਇਹਦੇ ਥੋੜ੍ਹੇ ਆਪਾਂ ਜਿੱਦਾਂ ਕੰਬਲ ਵਗੈਰਾ ਇੱਦਾਂ ਦਾ ਕੁਛ ਲੈ ਲਵਾਂਗੇ ਤਾਂ ਕਿ ਆਪਾਂ ਚੱਲ ਕੋਈ ਚੱਕਰ ਨਹੀਂ ਪਰ ਸਹਿਨੂਰ ਕੰਫਰਟੇਬਲ ਹੋ ਜਾਵੇ ਫਾਈਨਲੀ ਕੰਬਲ ਅਤੇ ਆਹ ਜੈਕਟ ਰੈਪ ਕਰਤਾ ਸਹਿਨੂਰ ਨੂੰ ਚੰਗੀ ਤਰ੍ਹਾਂ ਤੂੰ ਵੀ ਨੂੰ ਉਹ ਪਾ ਲੈਣਾ ਸੀ ਯਾਰ ਗਲਵਸ ਪਾ ਲੈਣੇ ਮਾਲ ਰੋਡ ਘੁੰਮ ਰਹੇ ਹਾਂ ਸਹਿਨੂਰ ਵਾਸਤੇ ਸਮਾਨ ਲੈ ਲਿਆ ਦਿਨੇਸ਼ ਨੇ ਫੜੇ ਹੋਏ ਸਹਿਨੂਰ ਦਿਨੇਸ਼ ਇੱਦਾਂ ਕਰੀ ਸਹਿਨੂਰ ਆਪਾਂ ਫੁਲਕੂ ਪੈਕ ਕਰਤੀ ਹੈ ਬਈ ਜਿਹੜਾ ਸੁੱਤੀ ਹੋਈ ਸਹਿਨੂਰ ਸਹਿਨੂਰ ਵਾਸਤੇ ਆਪਾਂ ਗੋਦੀ 'ਚ ਬੈੱਡ ਬਣਾਤਾ ਹੋਇਆ ਸੋ ਆਪਾਂ ਹੁਣ ਘੁੰਮਦੇ ਘੁੰਮਦੇ ਮਾਲ ਰੋਡ ਹੀ ਘੁੰਮ ਰਹੇ ਹਾਂ ਹੁਣ ਆਪਾਂ ਆਪਣੇ ਵਾਸਤੇ ਸ਼ਾਇਦ ਕੋਈ ਜੈਕਟ ਜਾਂ ਕਿੱਦਾਂ ਦਾ ਕੁਝ ਦੇਖਣਾ ਪੈਣਾ ਕਿਉਂਕਿ ਠੰਡ ਬਹੁਤ ਹੈ ਵੀਰੇ ਠੰਡ ਬਹੁਤ ਹੈ ਅਤੇ ਆਪਾਂ ਹੁਣ ਜੈਕਟ ਜੁਕਟ ਦੇਖਦੇ ਹਾਂ ਜੈਕਟ ਜੁਕਟ ਦੇਖ ਕੇ ਜਾਂ ਤਾਂ ਬੈਗ ਪਹਿਨੇ ਹਾਂ ਕਿਤੇ ਮੈਗੀ ਸ਼ੈਗੀ ਖਾਂਦੇ ਹਾਂ ਹੈਨਾ ਚਲੋ ਆਪਾਂ ਸਾਰੇ ਜਣੇ ਦੇਖੋ ਕਿੰਨੇ ਖੱਜਲ ਰਹਿੰਦੇ ਆਪਾਂ ਸੋਚੀ ਜਾਂਦੇ ਵੀ ਹੁਣ ਕੀ ਕਰਨਾ ਆਪਾਂ ਕਿਵੇਂ ਐਡਮ ਪੇਸ਼ ਹੋਈ ਸੀ ਆਪਾਂ ਜਿੱਥੋਂ ਜੈਕਟਾਂ ਜੁਕਟਾਂ ਲਈਆਂ ਨਾ ਜਿੱਥੋਂ ਜੈਕਟ ਜੁਕਟਾਂ ਲਈਆਂ ਉੱਥੇ ਉੱਥੇ ਸੀਨ ਪਿਆ ਸੀ ਹੁਣ ਥੋੜ੍ਹੀ ਦੇਰ ਪਹਿਲਾਂ ਸਾਡੇ ਨਾਲ ਇੱਕ ਸੀਨ ਵਾਪਰਿਆ ਮੈਂ ਤੁਹਾਨੂੰ ਦੱਸਦਾ ਕੀ ਵਾਪਰਿਆ ਰਵਨੀਤ ਦੱਸੇਗੀ ਤੁਹਾਨੂੰ ਕੀ ਵਾਪਰਿਆ ਸੀ ਆਹ ਜਿਹੜੀ ਹੁੱਡੀ ਮੈਂ ਲਈ ਹੁਣੇ ਇਹਨੇ ਆਹ ਅਤੇ ਆਹ ਆਹ ਜੈਕਟ ਲਈ ਹੈ ਆਪਾਂ ਸਾਰੇ ਭਰਾ ਇੱਦਾਂ ਦੇਖਣ ਡੇ ਸੀ ਕੂਲ ਕੂਲ ਕੇ ਕਿ ਅਗਰ ਕੋਈ ਦੂਸਰੀ ਪਰੇਸ਼ਾਨੀ ਹੋਈ ਨਹੀਂ
ਆਪਾਂ ਵੇਟ ਕਰਦੇ ਪਏ ਕਿ ਸਾਨੂੰ ਰਵਨੀਤ ਤੋਂ ਹੀ ਕਿਸੇ ਤਰ੍ਹਾਂ ਸਾਈਨ ਦੇਵੇ ਸਹੀ ਭੋਲੂ ਭੋਲੂ ਖਿੱਚ ਕੇ ਲੈ ਆਇਆ ਭਾਬੀ ਵਾਰ ਹੁਣ ਇਸ ਟਾਈਮ ਆਪਾਂ ਇੱਕ ਰੈਸਟੋਰੈਂਟ ਦੇ ਵਿੱਚ ਬੈਠੇ ਹਾਂ ਅਲਫਾ ਰੈਸਟੋਰੈਂਟ ਅਲਫਾ ਰੈਸਟੋਰੈਂਟ ਕਰਕੇ ਨਾਮ ਹੈ ਰੈਸਟੋਰੈਂਟ ਦਾ ਨਾਮ ਅਤੇ ਆਪਾਂ ਅੰਦਰ ਆ ਕੇ ਬੈਠੇ ਹਾਂ ਸਹਿਨੂਰ ਨੇ ਮੇਰੇ ਖਾਸ ਵਗੈਰਾ ਕੁਛ ਕਰਤਾ ਅਤੇ ਚੇਂਜ ਕਰ ਮਨਚੂਰੀਅਨ ਸ਼ੈਨੂ ਕੀ ਚਾਹੀਦਾ ਸ਼ੈਨੂ ਪੁੱਤੂ ਕੀ ਚਾਹੀਦਾ ਸ਼ੈਨੂ ਪੁੱਤੂ ਕੱਦੂ ਬਣਾਇਆ ਕੱਦੂ ਇਹ ਕੱਦੂ ਪਿਸ਼ਕਾ ਹੈ ਭੋਲੂ ਲਗਾ ਭੋਲੂ ਦੀ ਬੰਦੀ ਨੇ ਆਉਣਾ ਭੋਲੂ ਬੰਦੀ ਵੇਟ ਕਰਦਾ ਅੱਛਾ ਪਿੰਚੂ ਦੀ ਹੈ ਅੱਛਾ ਪਿੰਚੂ ਪਿੰਚੂ ਦੀ ਬੰਦੀ ਪਿੰਚੂ ਦੀ ਪਿੰਚੂ ਬਿਲਕੁਲ ਵਧੀਆ ਹੋਣਾ ਅਸਲ ਚ ਕਿਸੇ ਦੀ ਨੀ ਹੈ ਦਿਨੇਸ਼ ਦੀ ਹੈ ਇੱਕ ਮਿਲ ਕੇ ਚੱਲ ਗਈ ਹੋਈ ਹੈ ਦਿਨੇਸ਼ ਨੂੰ ਕੁੜੀ ਤੇ ਇੱਕ ਨੇ ਆਉਣਾ ਹਜੇ ਹੁਣ ਆਪਾਂ ਖਾ ਪੀ ਕੇ ਦੁਬਾਰਾ ਚੱਲੇ ਹਾਂ ਰਿਜ ਵੱਲ ਅਤੇ ਠੰਡ ਜਿੱਦਾਂ ਦੇਖੋ ਠੰਡ ਬਹੁਤ ਹੈ ਇੱਕ ਹੁਣ ਇੱਥੇ ਨਾ ਹਨੂੰਮਾਨ ਜੀ ਦੀ ਮੂਰਤੀ ਹੈਗੀ ਆਪਾਂ ਸੋਚਿਆ ਸੀਗਾ ਜਾਕੂ ਟੈਂਪਲ ਕਹਿੰਦੇ ਉਹਨੂੰ ਜਾਕੂ ਟੈਂਪਲ ਆਪਾਂ ਸੋਚਿਆ ਸੀ ਜਾ ਕੇ ਆਵਾਂਗੇ ਮੈਡਮ ਜੀ ਥੱਕ ਗਈ ਸਹਿਨੂਰ ਨੂੰ ਚੱਕ ਚੱਕ ਕੇ ਬੁਰੀ ਹਾਲਤ ਇਹਦੀ ਇਹ ਸ਼ਿਮਲੇ ਦਾ ਵਿਊ ਉਹ ਤੁਸੀਂ ਸਾਹਮਣੇ ਦੇਖ ਰਹੇ ਹਾਂ ਸ਼ਿਮਲਾ ਦਾ ਆਈਕੋਨਿਕ ਚਰਚ ਅਤੇ ਉਹ ਉੱਪਰ ਇੱਕ ਹਨੂੰਮਾਨ ਜੀ ਦੀ ਮੂਰਤੀ ਹੈਗੀ ਆ ਉਹਨੂੰ ਕਹਿੰਦੇ ਜਾਕੂ ਟੈਂਪਲ ਆਪਾਂ ਸੋਚਿਆ ਸੀਗਾ ਬੜਾ ਸੋਚਿਆ ਕਿ ਆਪਾਂ ਉੱਥੇ ਜਾ ਕੇ ਆਵਾਂਗੇ ਪਰ ਆਪਾਂ ਉੱਥੇ ਗਏ ਨਹੀਂ ਕਿਉਂਕਿ ਇਹ ਮੈਡਮ ਜੀ ਕੋ ਸ਼ਾਇਦ ਚੜ੍ਹਦੀ ਹੁੰਦਾ ਪਿਆ ਭੋਲੂ ਭੋਲੂ ਵੀ ਗਵਾਚ ਗਿਆ ਝੰਡਾ ਉੱਚਾ ਰਹੇ ਹਮਾਰਾ ਇਸ ਟਾਈਮ ਝੰਡਾ ਜਿਹੜਾ ਹੈ ਉਹਨਾਂ ਨੇ ਚੜਾਇਆ ਹੋਇਆ ਝੰਡਾ ਥੱਲੇ ਲਾਇਆ ਨਹੀਂ ਉਹਨਾਂ ਨੇ ਠੰਡ ਬਹੁਤ ਲੱਤਾਂ ਠੰਡ ਲੱਗਣ ਡਈ ਹੈ ਕੋਟ ਤਾਂ ਪਰ ਪਾ ਲਿਆ ਪਰ ਥੱਲੇ ਤਾਂ ਉਹੀ ਹੈ ਨਾ ਸਕਦਾ ਅਤੇ ਆਪਾਂ ਹੁਣ ਆ ਗਏ ਹਾਂ ਰਿਜ ਦੇ ਬਾਹਰ ਬਿਲਕੁਲ ਚਰਚ ਦੇ ਬਾਹਰ ਰਿਜ ਰਿਜ ਅਤੇ ਚਰਚ ਚਰਚ 1844 ਦੇ ਵਿੱਚ ਬਣਿਆ ਹੋਇਆ ਅਤੇ ਉਸ ਤੋਂ ਬਾਅਦ ਇੱਥੇ ਜਿਹੜਾ ਘੰਟਾ ਘਰ ਹੀ ਹੈ ਉਹ ਘੜੀ ਘੁੜੀ ਜਿਹੜੀ ਦਾਨ ਕੀਤੀ ਗਈ ਸੀ ਜਿਹੜੀ ਲਗਾਈ ਗਈ ਸੀ ਉਹ ਲਗਾਈ ਗਈ ਸੀ 1860 ਦੇ ਵਿੱਚ ਇਹ ਹੈ 1844 ਦਾ ਚਰਚ ਉਹ ਪਿੱਛੇ ਹੋਵੋ ਮੈਂ ਚਰਚ ਦਿਖਾਉਣ ਗੱਲ ਇੱਦਾਂ ਆ ਕਿ ਆਪਾਂ ਹੁਣ ਰਿਜ ਦੇ ਉੱਤੇ ਘੁੰਮ ਚੁੱਕੇ ਹਾਂ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਹੈ ਆਪਾਂ ਤਾਂ ਕੋਸ਼ਿਸ਼ ਕਰਦੇ ਕਿ ਜਿੰਨੇ ਜਲਦੀ ਹੋ ਸਕੇ ਉਨੀ ਜਲਦੀ ਹੋਟਲ ਪਹੁੰਚੀ ਕਿਉਂਕਿ ਸਹਿਨੂਰ ਨੂੰ ਠੰਡੀ ਬੋਲ ਲੱਗੀ ਹੋਈ ਸਹਿਨੂਰ ਦੀ ਨਿੱਕੀ ਜਿਹੀ ਨੋਜੀ ਲਾਲ ਹੋ ਗਈ ਹੋਈ ਹੈ ਦੇਖੋ ਜੀ ਹੋਟਲ ਦੇ ਵਿੱਚ ਜਗਾੜਮੈਂਟ ਦਾ ਹਿਸਾਬ ਕਿਤਾਬ ਲਾਉਣਾ ਪੈਂਦਾ ਹੈ ਇਸ ਲਈ ਆਪਾਂ ਤਿਆਰੀ ਕਰ ਰਹੇ ਹਾਂ ਅਤੇ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਕਿਉਂਕਿ ਠੰਡ ਬਹੁਤ ਹੈ ਪਿੱਛੇ ਉਹ ਆਪਣੇ ਲੱਗੇ ਹੋਏ ਜਗਾੜਮੈਂਟ ਕਰ ਠੰਡ ਅਟਕੀ ਨਹੀਂ ਕਿਉਂ ਠੰਡ ਹੀ ਅਟਕੀ ਚਿਕਨ ਸੂਪ ਪੀਤਾ ਤਾਂ ਲੈ ਠੰਡ ਅਟਕੀ ਦੇਖੋ ਪਹਿਲਾਂ ਜੇਬਾਂ 'ਚ ਹੱਥ ਪਾ ਘੁੰਮਣ ਡਿਆ ਹੁਣ ਜੇਬਾਂ 'ਚ ਬਾਹਰ ਹੱਥ ਘੁੰਮਣ ਡਿਆ ਮੈਂ ਕਹਿੰਦਾ ਥੋੜ੍ਹੀ ਦੇਰ 'ਚ ਮੈਂ ਜੈਕਟ ਵੀ ਲਾ ਦੇਣੀ ਆ ਫਿਰ ਟੀ ਸ਼ਰਟ ਲਾ ਦੇਣੀ ਕਹਿੰਦਾ ਛਾਤੀ ਨੰਗੀ ਕਰਕੇ ਘੁੰਮਣਾ ਪਹੁੰਚ ਗਏ ਹੋਟਲ ਪਹੁੰਚ ਗਏ ਦੁਬਾਰਾ ਪਹੁੰਚ ਗਏ ਹੋਟਲ ਉਹ ਦੇਖੋ ਸਾਡੇ ਹੋਟਲ ਦਾ ਵਿਊ ਆਪਾਂ ਫਰੈਸ਼ ਹੋ ਗਏ ਪਿੰਚੂ ਨੂੰ ਬੜੀ ਦੇਰ ਦੀ ਪੋਟੀ ਆਈ ਹੋਈ ਹੈ ਪਿੰਚੂ ਬੜੀ ਦੇਰ ਦੀ ਪੋਟੀ ਰੋਕ ਕੇ ਬੈਠਾ ਨਾਲੇ ਮੈਨੂੰ ਕਹੀ ਜਾਂਦਾ ਪੋਟੀ ਆਈ ਅੱਛਾ ਸੁਸੂ ਆਇਆ ਸੀਗਾ ਪਿੰਚੂ ਨੇ ਬੜੀ ਦੇਰ ਦੇਖੋ ਫਰੈਂਡਸ ਬਹੁਤ ਸਵੱਛ ਭਾਰਤ ਅਭਿਆਨ ਨੂੰ ਮਨਾ ਰਹੀ ਗਿਆ ਮਤਲਬ ਫੋਲੋ ਕਰ ਰਿਹਾ ਸਵੱਛ ਭਾਰਤ ਅਭਿਆਨ ਨੂੰ ਸੁਸੂ ਆਇਆ ਹੋਇਆ ਬਹੁਤ ਕਾਲੀ ਬਣੇ ਨੇ ਰਸਤੇ 'ਚ ਕਿਤੇ ਨਹੀਂ ਕੀਤਾ ਕਹਿੰਦਾ ਮੈਂ ਹੋਟਲ ਜਾ ਕੇ ਕਰਨਾ ਕਹਿੰਦੀ ਹੋਟਲ ਬਹੁਤ ਘੈਂਟ ਬਣਾਇਆ ਹੋ ਗਿਆ ਥੈਂਕ ਯੂ ਪਿੰਚੂ ਫਾਈਨਲੀ ਆਪਾਂ ਹੋਟਲ 'ਚ ਪਹੁੰਚ ਚੁੱਕੇ ਹਾਂ ਮੰਡੀਰ ਸਾਰੀ ਪਹੁੰਚ ਗਈ ਹੋਟਲ 'ਚ ਲਿਫਟ ਦਾ ਇੰਤਜ਼ਾਰ ਲਿਫਟ ਆ ਗਈ
ਬੜੀ ਬੁਰੀ ਹਾਲਤ, ਬੁਰੀ ਹਾਲਤ ਭਾਜੀ। ਫੋਰਥ ਫਲੋਰ, ਫਾਈਨਲੀ ਫੋਰਥ ਫਲੋਰ ਪੇ ਪਹੁੰਚ ਚੁੱਕੇ ਹਮ, ਜਾਏਂਗੇ ਆਪਣੇ ਆਪਣੇ ਕਮਰੇ ਮੇ। ਓਏ ਚਾਬੀ ਕਿੱਥੇ? ਮੇਰੇ ਕੋਲ ਤਾਂ ਨਹੀਂ ਹੈ, ਮੇਰੇ ਕੋਲ ਨਹੀਂ ਹੈ ਚਾਬੀ। ਲੈ ਲਾਸਟ ਤੁਸੀਂ ਤੇ ਆਇਓ ਸੱਚ, ਦੋ ਮਿੰਟ ਦੋ ਮਿੰਟ, ਲਾਸਟ ਤੁਸੀਂ ਦੋਨੋਂ ਨਹੀਂ ਆਏ ਜਦੋਂ ਮੈਂ ਲਿਫਟ ਦੇ ਕੋਲ ਖੜਾਏਗਾ ਆਪਣਾ ਕੋਲ। ਲੋ ਜੀ ਫਾਈਨਲੀ ਆ ਕੇ ਬਹਿ ਗਏ ਆਪਾਂ ਆਪਣੇ ਰੂਮ ਦੇ ਵਿੱਚ, ਤੇ ਬਹੁਤ ਜ਼ਿਆਦਾ ਥੱਕ ਚੁੱਕੇ ਹਾਂ। ਪੈਰ ਮੇਰੇ ਚੂ 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 ਇੱਦਾਂ ਦਾ ਕਰਦੇ ਪਏ, ਮਤਲਬ ਪੈਰ ਇੱਦਾਂ ਜਿੱਦਾਂ ਮਤਲਬ ਬਹੁਤ ਖਾਂਦੇ ਪਏ ਸ਼ੂਜ਼ ਇਸ ਟਾਈਮ ਮੇਰੇ ਪੈਰ ਨੂੰ ਲੱਗਦੇ। ਵੈਸੇ ਕੰਫਰਟੇਬਲ ਸ਼ੂਜ਼ ਆ ਬਟ ਸਾਈਡ 'ਚ ਇੱਕ ਕੱਟ ਜਿਹਾ ਆ, ਉਹ ਬਹੁਤ ਦੁਖੀ ਕਰਦਾ ਮੈਂ। ਅਤੇ ਸਹਿਨੂਰ ਦੇ ਆਪਾਂ ਕੱਪੜੇ ਹੁਣ ਥੋੜ੍ਹੇ ਉਤਾਰਤੇ ਆ, ਸਹਿਨੂਰ ਨੂੰ ਥੋੜ੍ਹਾ ਫ੍ਰੀ ਕਰਤਾ, ਸਹਿਨੂਰ ਗਈ ਹੈ ਸੋ ਤੁਸੀਂ ਦੇਖ ਸਕਦੇ। ਅਤੇ ਹੁਣ ਆਪਾਂ ਬੈਠੇ ਹਾਂ, ਦੇਖਦੇ ਹੁਣ ਡਿਨਰ ਡੁਨਰ 'ਚ ਕੀ ਕਰਨਾ, ਡਿਨਰ ਕਰਕੇ ਫਿਰ ਕਰਦੇ ਹਾਂ। ਗੁੱਡ ਮੋਰਨਿੰਗ ਫਰੋਮ ਸ਼ਿਮਲਾ ਅਗੇਨ, ਅਤੇ ਅੱਜ ਹੈਗਾ ਸਾਡਾ ਲਾਸਟ ਡੇ ਸ਼ਿਮਲਾ ਦੇ ਵਿੱਚ। ਲਾਸਟ ਡੇ ਮਤਲਬ ਕੀ ਹੈ ਕਿ ਅੱਜ ਹੀ ਆਪਾਂ ਚੱਲੇ ਹਾਂ, ਥੋੜ੍ਹੀ ਦੇਰ ਬਾਅਦ ਚੈੱਕਆਊਟ ਹੋਣ ਵਾਲਾ ਆ। ਇਸ ਟਾਈਮ ਟਾਈਮ ਹੋ ਗਿਆ, ਟਾਈਮ ਅਰਾਊਂਡ 11 ਕੁ ਵੱਜਣ ਵਾਲੇ ਆ, ਅਤੇ 12 ਵਜੇ ਆਪਾਂ ਚੈੱਕਆਊਟ ਕਰਨਾ ਆ। ਅਤੇ ਮੈਂ ਤਾਂ ਘੱਟ ਵੱਧ ਹੀ ਤਿਆਰ ਹਾਂ। ਮੈਡਮ ਜੀ ਤਿਆਰ ਨੇ, ਛੋਟੇ ਛੋਟੇ ਮੇਮ ਸਾਹਿਬ ਤਿਆਰ ਹੋ ਰਹੇ ਨੇ। ਛੋਟੇ ਮੈਡਮ ਜੀ ਤਿਆਰ ਹੋ ਗਏ ਨੇ, ਤੇ ਪੈਕਿੰਗ ਆਲਮੋਸਟ ਡਨ ਆ, ਤੇ ਆਪਾਂ ਹੁਣ ਨਿਕਲਣ ਵਾਲੇ ਆ ਜਲੰਧਰ ਲਈ। ਵਾਇਆ ਦੇਖਦੇ ਆ ਵਿੱਚ, ਮੈਨੂੰ ਦੇਖਿਆ ਵੈਸੇ ਮੈਪ ਦੇ ਵਿੱਚ ਚੈੱਕ ਕੀਤਾ, 2-3 ਜਗ੍ਹਾ ਕੰਜੈਸ਼ਨ ਬਹੁਤ ਤਗੜੀਆਂ ਆ, ਤੇ ਅਦਰ ਦੈਨ ਦੈਟ ਬਿਲਕੁਲ ਓਕੇ ਆ ਕੰਮ, ਤੇ ਵੀ ਆਰ ਰੈਡੀ ਟੂ ਰੋਲ। ਆਪਾਂ ਰੈਡੀ ਹੋ ਗਏ ਹਾਂ, ਐਂਡ ਰੂਮ ਤੋਂ ਚੈੱਕਆਊਟ ਆਲਮੋਸਟ ਕਰ ਲਿਆ ਆ। ਬ੍ਰੇਕਫਾਸਟ ਤਾਂ ਨਹੀਂ, ਬ੍ਰੰਚ ਕਰਨ ਚੱਲੇ ਹਾਂ ਆਪਾਂ ਰੈਸਟੋਰੈਂਟ ਦੇ ਵਿੱਚ। ਰੈਸਟੋਰੈਂਟ ਹੈਗਾ ਟੋਪ ਫਲੋਰ 'ਤੇ, 5th ਫਲੋਰ 'ਤੇ। ਮੇਰੇ ਤੋਂ ਪਹਿਲਾਂ ਹੀ ਸਾਰੇ ਜਣੇ ਇਸ ਟਾਈਮ ਲੱਗੇ ਹੋਏ ਆ ਫੋਨਾਂ 'ਤੇ। ਦੇਖੋ ਇਹ ਉਹ ਮੈਂ ਮੇਰੇ ਕਹਿੰਦੇ ਹੀ ਨਾਲੇ ਫੋਨ ਰੱਖਦਾ ਸਾਰੇ ਖਰੇ ਏਡੇ, ਮੇਰੇ ਕਹਿੰਦੇ ਇਹਨਾਂ ਨੇ ਫੋਨ ਰੱਖਦੇ ਤੁਹਾਡੇ। ਚਲੋ ਸਾਰੇ ਜਣੇ ਬੈਠੇ। ਹਾਂ ਜੀ ਤਿਆਰੀ, ਫਿਰ ਪੂਰੀ ਪੂਰੀ ਤਿਆਰੀ ਭਰਾਵਾ, ਸਵੇਰੇ ਸਵੇਰੇ ਸਿਰ ਫੜ ਕੇ ਬੈਠੇ ਸਾਰੇ ਜਣੇ। ਆਪਾਂ ਨਿੰਬੂ ਪਾਣੀ ਮੰਗਾਉਣ ਦੀ ਕੋਸ਼ਿਸ਼ ਕੀਤੀ ਪਰ ਨਿੰਬੂ ਪਾਣੀ ਆਇਆ ਨੀ, ਮਿਲੇ ਨੀ ਨਿੰਬੂ ਪਾਣੀ। ਹਜੇ ਨਿੰਬੂ ਤੋੜਨ ਗਿਆ ਹੋਇਆ, ਹਿਮਾਲਿਆ ਦੀਆਂ ਚੋਟੀਆਂ ਦੇ ਉੱਤੇ ਨਿੰਬੂ ਤੋੜਨ ਗਿਆ ਹੋਇਆ। ਅੱਜ ਸਹਿਨੂਰ ਨੂੰ ਆਪਣੀ ਫਸੂੜੀ ਪਈ ਹੋਈ ਹੈ, ਸਹਿਨੂਰ ਕਹਿੰਦੀ ਮੈਨੂੰ ਆਹ ਹੀ ਫੜਾ ਦਿਉ, ਉਹ ਹੀ ਫੜਾ ਦਿਉ। ਸਹਿਨੂਰ ਹੋਟਲ ਤੋਂ ਚੈੱਕਆਊਟ ਕਰ ਚੁੱਕੇ ਹਾਂ, ਰੋਟੀ ਰੋਟੀ ਖਾ ਕੇ ਬੈਗ ਵਗੈਰਾ ਸਾਰਾ ਗੱਡੀ 'ਚ ਰੱਖ ਕੇ ਆਪਾਂ ਹੁਣ ਨਿਕਲ ਚੁੱਕੇ ਹਾਂ ਜਲੰਧਰ ਵੱਲ ਨੂੰ। ਐਕਚੁਅਲੀ ਕੋਈ ਇੱਕ ਬਿਜ਼ਨਸ ਐਮਰਜੈਂਸੀ ਮੀਟਿੰਗ ਸੀਗੀ, ਅਤੇ ਸਾਨੂੰ ਜਲਦੀ ਨਿਕਲਣਾ ਪੈ ਰਿਹਾ ਹੈ ਸ਼ਿਮਲਾ ਤੋਂ, ਅਤੇ ਆਪਾਂ ਜ਼ਿਆਦਾਤਰ ਜਿਹੜੀਆਂ ਜਗ੍ਹਾਵਾਂ ਆ ਉੱਥੇ ਨਹੀਂ ਘੁੰਮ ਪਾਏ, ਜਿੱਦਾਂ ਜਾਖੂ ਟੈਂਪਲ ਐਂਡ ਲੱਕੜ ਬਾਜ਼ਾਰ ਆ, ਉੱਥੇ ਨਹੀਂ ਘੁੰਮ ਪਾਏ। ਸੋ ਨੈਕਸਟ ਟਾਈਮ ਆਪਾਂ ਜ਼ਰੂਰ ਆਵਾਂਗੇ, ਐਂਡ ਹੋਰ ਵੀ ਇੱਦਾਂ ਦੀਆਂ ਬਹੁਤ ਵਧੀਆ ਵਧੀਆ ਵੀਡੀਓਜ਼ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਔਰ ਸ਼ਹਿਨੂਰ ਸੋ ਕੇ ਉੱਠ ਗਈ ਹੈ ਸ਼ਰਾਰਤਾਂ ਕਰਨ ਲਈ, ਹੁਣ ਪੂਰੀ ਤਿਆਰ ਹੈ, ਬਸ ਲੱਭਦੀ ਵੀ ਹੈ ਕਿੱਥੇ ਕੀ ਸ਼ਰਾਰਤ ਕਰਾਂ। ਉਹ ਸੋਚਦੀ ਵੀ ਚਾਚਾ ਕੀ ਬੋਲੀ ਜਾਂਦਾ, ਹਾਂ ਤਾਂ ਦੇਖਦੀ ਚਾਚੂ ਕੀ ਬੋਲੀ ਜਾਂਦਾ ਸੀ ਸ਼ਹਿਨੂਰ। ਦੇਖੋ ਜੀ ਇਹ ਹੈਗੀ ਹੈ ਸ਼ਿਮਲਾ ਦੀ 4-lane ਰੋਡ, ਨਵੀਂ ਬਣ ਚੁੱਕੀ ਹੈ। ਸੋਲਨ ਤੱਕ ਤੁਹਾਨੂੰ 4-lane ਹਾਈਵੇ ਮਿਲੇਗਾ ਪ੍ਰੋਪਰ, ਸੋਲਨ ਤੱਕ ਤੁਹਾਨੂੰ ਪ੍ਰੋਪਰ 4-lane ਹਾਈਵੇ ਮਿਲੇਗਾ, ਤੇ ਉਸ ਤੋਂ ਬਾਅਦ ਹਜੇ ਹਾਈਵੇ ਬਣਦਾ ਪਿਆ ਹੈ। ਇੱਕ ਟਨਲ ਵੀ ਆਪਾਂ ਦੇਖੀਏ ਰਸਤੇ ਵਿੱਚ, ਟਨਲ ਵੀ ਬਣਦੀ ਪਈ ਹੈ। ਮਤਲਬ ਸ਼ਿਮਲਾ ਪਹੁੰਚਣਾ ਚੰਡੀਗੜ੍ਹ ਤੋਂ ਬਹੁਤ ਜ਼ਿਆਦਾ ਈਜ਼ੀ ਹੋ ਗਿਆ, ਐਂਡ ਬੈਸਟ ਰਸਤਾ ਹੈ। ਪਰ ਰੁਕੇ ਜੀ ਆਪਾਂ ਰਸਤੇ 'ਚ ਕੁਝ ਪੀਣ ਨੂੰ, ਖਾਣ ਪੀਣ ਨੂੰ। ਸਹਿਨੂ ਆ ਦੇਖੋ, ਇਹਨੂੰ ਕਹਿੰਦੇ ਪਿਓਰ, ਇਹਨੂੰ ਕਹਿੰਦੇ ਵੈਦਰ। ਆ ਦੇਖੋ ਵੈਦਰ, ਦਿੱਲੀ ਗਏ ਸੀਗੇ ਬੁਰੇ ਹਾਲ ਸੀਗੇ, ਦੂਰ ਦੂਰ ਤੱਕ ਮੈਂ ਕਹਿੰਦਾ ਕਿੰਨੀ ਦੂਰ ਤੱਕ ਦੇਖਣਾ ਮੈਂ, ਕਹਿ ਦੋ ਕਾਲਾ ਚਿੱਟਾ ਚਿੱਟਾ। ਸਹਿਨੂ
ਮੇਰਾ ਕਾਕਾ ਚਲੋ ਇਹ ਦੇ ਦੋ ਤੁਸੀਂ ਗਲੇ ਫਸਾ ਲੈਣਾ ਹੈ ਸਹਿਨੂਰ ਸਹਿਨੂਰ ਚਾਹ ਸ਼ਾਹ ਪੀ ਲਈ ਆ ਮੈਗੀ ਮੁਗੀ ਖਾ ਲਈ ਆ ਅਤੇ ਹੁਣ ਆਪਾਂ ਚੱਲੇ ਵਾਪਸ ਔਨ ਦ ਵੇ ਆਪਾਂ ਇਸ ਟਾਈਮ ਹੈਗੇ ਪਰਮਾਣੂ 'ਚ ਪਰਮਾਣੂ ਤੋਂ ਆਪਾਂ ਹੁਣ ਜਾਣਾ ਫਸ ਗਏ ਆਪਾਂ ਲੁਧਿਆਣੇ ਦੇ ਟ੍ਰੈਫਿਕ ਦੇ ਵਿੱਚ ਉੱਤੋਂ ਸਹਿਨੂਰ ਗਈ ਉੱਠ ਸਹਿਨੂਰ ਉੱਠ ਗਿਆ ਜੀ ਸਹਿਨੂਰ ਮੇਰਾ ਪੁੱਤੂ ਉੱਠ ਗਿਆ ਜੀ ਸਹਿਨੂਰ ਪੁੱਤੂ ਘਰ ਆ ਗਿਆ ਜੀ ਕਿੱਥੇ ਜਾਣਾ ਸਹਿਨੂਰ ਪੁੱਤੂ ਘਰ ਆ ਗਿਆ ਜੀ ਦਾਦੀ ਮੰਮਾ ਮੈਂ ਆ ਗਿਆ ਦਾਦੀ ਮੰਮਾ ਮੈਂ ਆ ਗਿਆ ਦਾਦੀ ਮੰਮਾ ਦਾਦੂ ਕੋ ਜਾਣਾ ਦਾਦੂ ਕੋ ਜਾਊਗਾ ਚੈਨ ਪੁੱਤੂ ਸ਼ੈਨ ਵੀ ਘਰ ਆ ਗਿਆ ਲੋ ਜੀ ਆਪਾਂ ਘਰ ਪਹੁੰਚ ਗਏ ਹਾਂ ਅਤੇ ਘਰ ਪਹੁੰਚਣ ਦੀ ਖੁਸ਼ੀ ਦੇ ਵਿੱਚ ਆਪਾਂ ਦੇਖਾਂਗੇ ਹੁਣ ਸਹਿਨੂਰ ਦਾ ਕੀ ਰਿਐਕਸ਼ਨ ਹੁੰਦਾ ਦਾਦੂ ਦਾਦੀ ਨੂੰ ਦੇਖ ਕੇ ਇਹਨਾਂ ਦਿਨਾਂ ਬਾਅਦ ਹੈਨਾ ਵੀ ਚਲੋ ਜੀ ਆ ਜਾਓ ਦੇਖੀਏ ਦਾਦੀ ਮੰਮਾ ਸਹਿਨੂਰ ਦਾਦੀ ਮੰਮਾ ਦਾਦੀ ਮੰਮਾ ਸਹਿਨੂਰ ਦਾਦੀ ਮੰਮਾ ਬੜੀ ਖੁਸ਼ ਸ਼ਿਮਲੇ ਨੇ ਲਟਕਾ ਦੀਏ ਨਾ ਆਵੇ ਇਹ ਤਾਂ ਵੈਸੇ ਐਸੇ